ਤਹਿਲਕਾ ਪੰਜਾਬ ਆਵਾਜ਼ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਤੇਜੀ। ਜੈ ਗੁਰਦੇਵ, ਧੰਨ ਗੁਰਦੇਵ, ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਦਾਇਕ ਸੁਸਾਇਟੀ ਰਜਿਸਟਰ ਪੰਜਾਬ ਵੱਲੋਂ ਕਰੋਨਾ ਵਾਇਰਸ ਦੇ ਮੱਦੇਨਜ਼ਰ ਇਸ ਸਾਲ ਦੀ ਦਮੜੀ ਸ਼ੋਭਾ ਯਾਤਰਾ ਹਰਿਦੁਆਰ ਨੂੰ ਕੁਝ ਸਮੇਂ ਲਈ ਮੁਲਤਵੀ ਕੀਤਾ ਗਿਆ ਹੈ। ਇਸ ਸਮੇਂ ਸਾਧੂ ਸੰਪਦਾ ਸੁਸਾਇਟੀ ਦੇ ਚੇਅਰਮੈਨ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਮਹਿੰਦਰਪਾਲ ਜੀ, ਡੇਰਾ 108, ਸੰਤ ਬਾਬਾ ਹੰਸਰਾਜ ਜੀ ਮਹਾਰਾਜ, ਰਜਿਸਟਰ ਸ਼੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸੱਚਖੰਡ ਪਾਂਡਵਾ ਅਤੇ ਪ੍ਰਧਾਨ ਸਤਿਕਾਰਯੋਗ ਸੰਤ ਕੁਲਵੰਤ ਰਾਮ ਜੀ ਡੇਰਾ ਭਰੋਂ ਬਜ਼ਾਰਾਂ ਨੇ ਸੰਗਤਾਂ ਲਈ ਜਾਣਕਾਰੀ ਲਈ ਬੇਨਤੀ ਕੀਤੀ। ਸਮੁੱਚੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ। ਸਭ ਤੋਂ ਪਹਿਲੇ ਤਾਂ ਬਹੁਤ ਵੱਡਾ ਦਿਲ ਦੁਖੀ ਰਹਿੰਦਾ ਹੈ ਜੋ ਕਿ ਅਕਾਲ ਪੁਰਖ ਦਾ ਕੈਸਾ ਕ੍ਰਿਸ਼ਮਾ ਹੈ, ਬਾਡੀ ਦੁਨੀਆ ਅੰਦਰ ਦੁਨੀਆ ਤੜਪੀ ਪਈ ਹੈ, ਤਾਂ ਕਿ ਜੋ ਕਰ ਅਪਹਾਸਤ ਤਰ੍ਹਾਂ ਜਗਗੁਰੂ ਰਵਿਦਾਸ ਹਰਿਦੁਆਰ ਸ਼ੋਭਾ ਯਾਤਰਾ ਦਮੜੀ ਯਾਤਰਾ ਜਾਂਦੀ ਸੀ, ਸ਼੍ਰੀ ਗੁਰਦਾਸ ਸਾਹਿਬ ਸੰਪਦਾ ਸਹਿਜੇ ਇਕੱਠੇ ਹੋ ਕੇ ਫੈਸਲਾ ਲਿਆ ਜੀ ਜੋ ਕਿ 3-4 ਤਰੀਕ ਨੂੰ ਆਪਾਂ ਪਹੁੰਚਣਾ ਹੈ। ਤੇ ਹੁਣ ਪ੍ਰਧਾਨ ਸਾਹਿਬ ਦਾ ਚੇਅਰਮੈਨ ਔਰ ਸੰਤ ਸਭਾ ਸਾਡਾ ਨਾਲ ਸਮਾਜ ਸੇਵਕ ਕਾਲੇ ਭਗਤਾਂ ਤੋਂ ਸੋ ਨਾਲ ਸੰਗਤਾਂ ਨੇ ਇਹ ਬੇਨਤੀ ਹੈ ਸਭ ਨੂੰ ਜਿੱਥੇ ਸਰਕਾਰਾਂ ਨੇ ਔਰ ਸਾਰੇ ਦਾਇਰੇ ਬੰਦ ਕੀਤੇ ਹੈ, ਸਕੂਲ ਕਰ ਰਹੀ ਹੈ, ਹੋਰ ਕੁਛ ਕਰ ਰਹੀ ਹੈ ਔਰ ਡੇਰਿਆਂ ਨੇ ਬੰਦ ਕੀਤਾ ਹੈ, ਅਸੀਂ ਸ਼੍ਰੀ ਗੁਰਦਾਸ ਸਭਾ ਵੱਲੋਂ ਇਹ ਬੇਨਤੀ ਕਰਦੇ ਹਾਂ ਜੋ ਕਿ 5 ਅਪ੍ਰੈਲ ਤੱਕ ਸਭਾ ਦੇ ਪ੍ਰੋਗਰਾਮ ਕਿਤੇ ਵੀ ਹੈ ਸਾਰਿਆਂ ਨੂੰ ਕੀਤਾ ਜਾਂਦਾ ਹੈ। ਅਸੀਂ ਸਮਾਗਮਾਂ ਵਿੱਚ ਨਹੀਂ 5 ਅਪ੍ਰੈਲ ਤੱਕ ਪਹੁੰਚਾਂਗੇ ਕਿਉਂਕਿ ਸੰਗਤ ਇਕੱਠੀ ਹੋ ਕੇ ਕੋਈ ਹੱਕ ਹੋ ਕੇ ਨੌਜਵਾਨਾਂ ਤੇ ਬੜੀ ਮੁਸੀਬਤ ਖੜੇਗੀ, ਤਾਂ ਕਿ ਆਪਣੇ ਵਿਚਾਰ ਨੂੰ ਜਾਗਰਤ ਰੱਖਣਾ ਹੈ। ਇਹ ਬੇਨਤੀ ਹੈ 5 ਅਪ੍ਰੈਲ ਤੱਕ ਸ਼੍ਰੀ ਗੁਰਦਾਸ ਸੰਪਤਾ ਸਾਡੀ ਵੱਲੋਂ ਸਾਰੇ ਪ੍ਰੋਗਰਾਮ ਜਿਹੜੇ ਹੈ ਰੱਦ ਕੀਤੇ ਜਾਂਦੇ ਹੈ, ਤਾਂ ਕਿ ਆਪਾਂ ਗੌਰਮੈਂਟਾਂ ਤੋਂ ਵੱਡੇ ਨਹੀਂ, ਗੌਰਮੈਂਟਾਂ ਦੇ ਨਾਲ ਹੈ। ਇਹ ਸਰਕਾਰ ਨੂੰ ਬੇਨਤੀ ਹੈ ਇਹਨਾਂ ਗੱਲਾਂ ਤੇ ਬੰਦ ਕਰਦੇ। ਸਾਨੂੰ ਪਤਾ ਕਈਆਂ ਦੇ ਕਮੈਂਟ ਵੀ ਆਉਣੇ ਹੈ ਵੀ ਸਭਾ ਨੇ ਵੀ ਇਹ ਵੋਟ ਕੀਤੇ ਹੈ, ਪਰ ਕੋਈ ਗੱਲ ਨਹੀਂ, ਪਰ ਆਪਾਂ ਸੰਗਤ ਦੇ ਨਾਲ ਹੈ ਤਾਂ ਕਿ ਸਭ ਦਾ ਪ੍ਰਮਾਤਮਾ ਭਲਾ ਕਰੇ ਔਰ ਗੁਰੂ ਸਾਹਿਬ ਭਲਾ ਕਰਨ। ਜੈ ਗੁਰਦੇਵ, ਧੰਨਵਾਦ ਜੀ।